ओ हेलो आ जा यार, लेट हो जाना फिर। अगे पता ट्रैफिक बहुत हो जाती, वापस भी आना, आन जान करना आप। आ जा हाँ जी हाँ जी हाँ जी। और यार बड़ा पंगा है, एक तो पुलिस वाले बड़ा तंग करते हैं, और रस्ते च चैकिंग वास्ते रोक लिया, कहिंदा बैल्ट नहीं लाई। अच्छा ਉਹ ਮੈਂ ਕਿਹਾ ਮੇਰੇ ਐਸ ਡੀ ਐਮ ਸਾਹਿਬ ਆ ਗਏ ਨੇ, ਫਿਰ ਐਸ ਡੀ ਐਮ ਸਾਹਿਬ ਦਾ ਪੀ ਏ ਨਾਲ ਗੱਲ ਕਰਾਈ। ਪੁਲਿਸ ਵਾਲਾ ਕਹਿੰਦਾ ਕਹਿੰਦਾ ਛੱਡੋ ਭਾਅ ਜੀ, ਪਹਿਲਾਂ ਦੱਸਣਾ ਸੀਗਾ ਤੁਸੀਂ। ਮੇਰੀ ਇੱਕ ਗੱਲ ਯਾਦ ਰੱਖਣੀ ਹੈ, ਜ਼ਿੰਦਗੀ 'ਚ ਕਦੀ ਸ਼ਹਿ 'ਚ ਲੋੜ ਪਵੇ ਨਾ, ਮੇਰੀ ਇੰਨੀ ਵਾਕਫੀ ਦੇ ਨਾ ਹਰ ਪਾਸੇ, ਕਦੀ ਵੀ ਕੋਈ ਵੀ ਜਿਹੜਾ ਨਾ ਕੋਈ ਚਲਾਨ ਨਹੀਂ ਹੋਏਗਾ ਕਦੀ ਵੀ। ਗੱਡੀ 'ਚ ਬੈਠ ਯਾਰ, ਪੋਲਿਊਸ਼ਨ ਰਸਤੇ ਕਰਾਉਣਾ, ਮੇਰੀ ਗੱਡੀ ਦਾ ਪੋਲਿਊਸ਼ਨ ਨਹੀਂ ਹੈਗਾ। ਉਹ ਯਾਰ ਪੋਲਿਊਸ਼ਨ ਦੀ ਕੀ ਲੋੜ ਹੈਗੀ ਆ, ਜਦੋਂ ਵਾਕਫੀ ਤਾਂ ਇੱਥੋਂ ਲੈ ਕੇ ਅੰਮ੍ਰਿਤਸਰ ਅਸੀਂ ਮੱਥਾ ਟੇਕਣ ਜਾਣਾ ਨਾ ਦਰਬਾਰ ਸਾਹਿਬ, ਉੱਥੇ ਐਂਟਰੀ ਤੱਕ ਹਰ ਪੁਲਿਸ ਵਾਲਾ, ਹਰ ਨਾਕੇ ਵਾਲਾ, ਸਾਰੇ ਆਪਣੇ ਵਾਕਫ ਨੇ। ਕੋਈ ਪੋਲਿਊਸ਼ਨ ਕਰਾਉਣ ਦੀ ਲੋੜ ਨਹੀਂ, ਆਰਾਮ ਨਾਲ ਮੇਰੇ ਨਾਲ ਬਹਿਣਾ ਤੂੰ, ਤੂੰ ਬਸ ਕੁਛ ਨਹੀਂ ਕਰਨਾ, ਬਸ ਕੋਈ ਕੋਈ ਪੋਲਿਊਸ਼ਨ ਨਹੀਂ ਕਰਾਉਣੀ। ਮੈਂ ਤਾਂ ਅੱਜ ਤੱਕ ਕਦੀ ਰੋਡ ਟੈਕਸ ਨਹੀਂ ਸੀ ਜਮ੍ਹਾਂ ਕਰਾਇਆ ਕਦੀ, ਤੂੰ ਕਹਿਣ ਡਿਆ ਟੋਲ ਟੈਕਸ, ਟੋਲ ਟੈਕਸ ਲੋੜ ਹੀ ਨਹੀਂ ਨਾ ਹੈਗੀ ਟੋਲ ਟੈਕਸ ਦੀ। ਕਾਰਡ ਹੋਣਾ ਤੇਰੇ ਕੋਲ, ਉਹ ਵਾਲਾ ਪ੍ਰੈਸ ਵਾਲਾ, ਪ੍ਰੈਸ ਵਾਲਾ ਕਾਰਡ ਕੀ ਆਪਣੀ, ਉੱਦਾਂ ਹੀ ਵਾਕਫੀ ਤੇ ਕੀ ਫੋਨ ਕਰੀਦਾ, ਉਹ ਕਹਿੰਦਾ ਛੱਡਿਆ ਟੋਲ ਟੈਕਸ। ਹੁਣੇ ਮੱਥਾ ਟੇਕਣ ਜਾਣਾ, ਉੱਤੋਂ ਗਰਮੀ ਇੰਨੀ ਹੈ, 2.5-3 ਘੰਟੇ ਲਾਈਨ 'ਚ ਲੱਗਣਾ ਪੈਣਾ, ਬਹਿ ਜਾ ਹੁਣ ਗੱਲਾਂ ਨਾ ਮਾਰ। ਯਾਰ ਮੱਥਾ ਟੇਕਣ ਦੀ ਕਾਹਦੀ ਟੈਨਸ਼ਨ ਤੈਨੂੰ, ਕਮਾਲ ਦੀ ਗੱਲ ਹੈ, ਦਰਬਾਰ ਸਾਹਿਬ ਦੇ ਅੰਦਰ ਇੰਨੀ ਕੁ ਜ਼ਿਆਦਾ ਵਾਕਫੀ ਤਾਂ ਨਾ ਮੇਰੀ, ਸਾਰੇ ਹੀ ਵਾਕਫ ਨੇ, ਜਿੰਨੇ ਉੱਥੇ ਬੰਦੇ ਨੇ, ਜਿੰਨੇ ਉੱਥੇ ਸੇਵਾਦਾਰ ਨੇ, ਕਿਸੇ ਨੂੰ ਕਹਿਣਾ ਉਹਨੇ ਸਿੱਧਾ ਸਾਨੂੰ ਸੈਂਟਰ ਵਾਲੇ ਰਸਤੇ 'ਚ ਲੈ ਕੇ ਜਾਣਾ, ਸਿੱਧਾ ਉੱਥੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਾਂਗੇ। ਕਿਤੇ ਖੜੇ ਹੋਣ ਦੀ ਲੋੜ ਨਹੀਂ, ਕਿਤੇ ਲਾਈਨ 'ਚ ਲੱਗਣ ਦੀ ਲੋੜ ਨਹੀਂ, ਇਹ ਮੇਰੀ ਗਰੰਟੀ ਹੈ। ਵੈਸੇ ਮੈਂ ਤੈਨੂੰ ਗੱਲ ਦੱਸਾਂ, ਹੈ ਮੈਂ ਇੰਨਾ ਸਿਆਣਾ ਨਹੀਂ, ਪਰ ਮੈਂ ਗੱਲ ਸਿਆਣੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੇਖ, ਹੈਲਮਟ ਕਿਸੇ ਨੇ ਨਹੀਂ ਪਾਈ ਹੁੰਦੀ ਤਾਂ ਵਾਕਫੀਤ ਨਾਲ ਬਚ ਜਾਂਦੇ, ਬੈਲਟ ਅਸੀਂ ਨਹੀਂ ਲਾਈ ਹੁੰਦੀ ਵਾਕਫੀਤ ਨਾਲ ਬਚ ਜਾਂਦੇ ਹਾਂ। ਭਾਈ ਸਾਹਿਬ ਜਦੋਂ ਕਿਤੇ ਐਕਸੀਡੈਂਟ ਹੋਇਆ ਉਦੋਂ ਵਾਕਫੀਤ ਨਹੀਂ ਕਿਸੇ ਨੇ ਦੇਖਣੀ, ਉੱਪਰ ਵਾਲੇ ਨੇ ਲੈ ਜਾਣਾ ਫਿਰ ਚੱਕ ਕੇ, ਹੇਠਾਂ ਤੂੰ ਦੇਖਦਾ ਰਹੇਗਾ, ਕਿਉਂਕਿ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ। ਪਰ ਚਲੋ ਸਾਰੀਆਂ ਗੱਲਾਂ ਠੀਕ, ਬੈਲਟ ਨਹੀਂ ਲਾਉਣੀ ਤਾਂ ਵਾਕਫੀਤ ਨਾਲ ਬਚ ਜਾ, ਹੈਲਮਟ ਕਿਸੇ ਨੇ ਨਹੀਂ ਪਾਈ ਵਾਕਫੀਤ ਨਾਲ ਬਚਾ ਲੈਣ। ਪਰ ਮੈਂ ਇੱਕ ਤੈਨੂੰ ਗੱਲ ਕਹਾਂ, ਬਾਬੇ ਦੇ ਘਰ 'ਚ ਜੇ ਦਰਸ਼ਨ ਕਰਨ ਜਾਣਾ ਨਾ, ਉੱਥੇ ਵਾਕਫੀਅਤ ਦੀ ਲੋੜ ਨਹੀਂ ਹੈਗੀ, ਉੱਥੇ ਸਾਨੂੰ ਖੁਦ ਲਾਈਨ 'ਚ ਲੱਗਣਾ ਚਾਹੀਦਾ, ਕਿਉਂਕਿ ਕੋਈ ਮੁੰਬਈ ਤੋਂ ਆ ਰਿਹਾ, ਕੋਈ UK ਤੋਂ ਆ ਰਿਹਾ, ਕੋਈ ਲੁਧਿਆਣੇ ਤੋਂ ਆ ਰਿਹਾ, ਦੂਰੋਂ ਦੂਰੋਂ ਆ ਕੇ ਲੋਕ ਲਾਈਨ 'ਚ ਲੱਗੇ, ਅਸੀਂ ਵਾਕਫੀਅਤ ਨਾਲ ਅੱਗੇ ਨਿਕਲ ਜਾਈਏ। ਇਹੋ ਜਿਹੇ ਦਰਸ਼ਨ ਕੀਤੇ ਸਫਲ ਨਹੀਂ ਹੁੰਦੇ, ਉਹ ਦਰਸ਼ਨ ਕੀਤੇ ਜਿਹੜੇ ਵਾਕਫੀਅਤ ਨਾਲ ਜਾ ਕੇ ਜਦ ਦਰਸ਼ਨ ਕੀਤੇ ਹੁੰਦੇ, ਉਹ ਉੱਪਰ ਤੱਕ ਪਰਮਾਤਮਾ ਤੱਕ ਨਹੀਂ ਪਹੁੰਚਦੇ। ਜੇ ਸੱਚੇ ਦਿਲੋਂ ਦਰਸ਼ਨ ਕਰਨੇ ਆ, ਆਪ ਲਾਈਨ ਦੇ ਵਿੱਚ ਲੱਗ ਕੇ ਸ਼ਰਧਾ ਦੇ ਨਾਲ ਜਾ ਕੇ ਮੱਥਾ ਟੇਕੋ, ਜੋ ਤੁਹਾਨੂੰ ਸਰਦਾ ਪੁੱਜਦਾ ਉਹ ਚੜਾਓ, ਅਤੇ ਵਾਕਫੀਅਤ ਨਾ ਦਿਖਾਓ, ਬਾਬੇ ਤੋਂ ਉੱਤੇ ਕੋਈ ਨਹੀਂ ਹੈਗਾ ਜੀ। ਮੇਰੀ ਗੱਲ, ਮੇਰੀ ਬੇਨਤੀ ਮੰਨ ਲਾ। ਯਾਰ ਗੱਲ ਤੇਰੀ ਠੀਕ ਹੈਗੀ ਆ, ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਕਿ ਅਸੀਂ ਬਾਬੇ ਦੇ ਘਰ ਜਾ ਕੇ ਵੀ ਵਾਕਫੀਅਤ ਦਿਖਾਵਾਂਗੇ। ਵਾਕਈ ਸਹੀ ਗੱਲ ਆ, ਆਪਾਂ ਕਦੀ ਇੱਦਾਂ ਦਾ ਕੰਮ ਨਹੀਂ ਕਰਨਾ ਵਾਕਫੀਅਤ ਵਾਲਾ। ਚਲੋ ਚੱਲੀਏ ਆਪਾਂ ਜਾ ਕੇ ਮੱਥਾ ਟੇਕੀਏ। ਅਤੇ ਦੋਸਤੋ, ਜਰਾ ਸੋਚੋ ਚ ਆਪਾਂ ਤੁਹਾਨੂੰ ਅੱਜ ਦਿਖਾਇਆ ਕਿ ਵਾਕਈ ਹੀ ਜਿੱਥੇ ਆਪਾਂ ਗੁਰੂ ਘਰ ਜਾਣਾ ਮੱਥਾ ਟੇਕਣ ਵਾਸਤੇ, ਉੱਥੇ ਕਦੀ ਵੀ ਤੁਸੀਂ ਆਪਣੀ ਸਿਫਾਰਿਸ਼ ਨਾ ਦਿਖਾਓ, ਆਊਟ ਆਫ ਦਾ ਵੇ ਲਾਈਨ ਤੋਂ ਬਾਹਰ ਜਾ ਕੇ ਮੱਥਾ ਨਾ ਟੇਕੋ। ਜਿਹੜੇ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਏ ਨੇ, ਉਹਨਾਂ ਦਾ ਵੀ ਉਹ ਵੀ ਵਿਚਾਰੇ ਲਾਈਨ 'ਚ ਲੱਗੇ ਹੋਏ ਨੇ। ਵੈਸੇ ਤਾਂ ਕਦੀ ਵੀ ਕਿਸੇ ਕੰਮ 'ਚ ਸਿਫਾਰਿਸ਼ ਨਹੀਂ ਦਿਖਾਉਣੀ ਚਾਹੀਦੀ, ਪਰ ਆਪਾਂ ਮਜਬੂਰ ਨਹੀਂ ਕਰਦੇ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਬਾਕੀ ਜਗ੍ਹਾ 'ਤੇ ਸਿਫਾਰਿਸ਼ ਲਾਉਣੀ ਜਾਂ ਨਹੀਂ ਲਾਉਣੀ। ਪਰ ਗੁਰੂ ਘਰ ਦੇ ਵਿੱਚ ਸਿਫਾਰਿਸ਼ ਕਾਹਦੀ, ਗੁਰੂ ਤੋਂ ਉੱਤੇ ਕੌਣ, ਪਰਮਾਤਮਾ ਤੋਂ ਉੱਤੇ ਕੌਣ ਹੈ, ਜਿਹਦੇ ਕਿ ਆਪਾਂ ਸਿਫਾਰਿਸ਼ ਕਰਕੇ ਉਹਦੇ ਆਪਾਂ ਦਰਸ਼ਨ ਕਰਨਾ ਚਾਹੁੰਦੇ ਹਾਂ, ਉਹ ਦਰਸ਼ਨ ਕਦੀ ਕਬੂਲ ਨਹੀਂ ਹੁੰਦੇ। ਅਤੇ ਦੋਸਤੋ, ਜਰਾ ਸੋਚੋ ਤਾਂ ਤੁਹਾਨੂੰ ਇਹ ਐਪੀਸੋਡ ਕਿੱਦਾਂ ਦਾ ਲੱਗਾ, ਆਪਣੇ ਸੁਝਾਅ ਜ਼ਰੂਰ ਦਈਓ ਕਿ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਇਸ ਐਪੀਸੋਡ 'ਚ, ਤੁਹਾਨੂੰ ਇਹ ਗੱਲ ਠੀਕ ਲੱਗੀ ਕਿ ਨਹੀਂ ਲੱਗੀ। ਇਹ ਵੀਡੀਓ ਨੂੰ ਸ਼ੇਅਰ ਵੀ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ, ਅਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਭੇਜਿਓ, ਤਾਂ ਜੋ ਸਾਨੂੰ ਪਤਾ ਲੱਗੇ ਸਾਡਾ ਐਪੀਸੋਡ ਤੁਹਾਨੂੰ ਕਿੱਦਾਂ ਦਾ ਲੱਗਾ। ਧੰਨਵਾਦ ਜੀ।